ਸਵਾਗਤ ਹੈ ਤੁਹਾਡਾ ਮੁੱਦੇ ਕੀ ਬਾਤ ਦੇ ਵਿੱਚ। ਮੈਂ ਆ ਤੁਹਾਡੇ ਨਾਲ ਇੰਦਰਜੀਤ ਕੌਰ। ਭਾਰਤ ਜਿਸ ਦੀ 48.9% ਆਬਾਦੀ ਯਾਨੀ ਕਿ ਤਕਰੀਬਨ 50% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਤੇ ਨਿਰਭਰ ਕਰਦੀ ਹੈ, ਪਰ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਦੇ ਆਪਣੇ ਚੁੱਲ੍ਹਿਆਂ 'ਚ ਅੱਗ ਠੰਡੀ ਪਈ ਹੈ, ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਹੈ। ਪਿਛਲੇ ਇੱਕ ਮਹੀਨੇ ਦੇ ਦੌਰਾਨ ਪੰਜਾਬ ਦੇ ਵਿੱਚ ਦਰਜਨ ਤੋਂ ਵੱਧ ਕਿਸਾਨਾਂ ਦੇ ਵੱਲੋਂ ਖੁਦਕੁਸ਼ੀ ਦੀਆਂ ਵਾਪਰੀਆਂ ਦਰਦਨਾਕ ਘਟਨਾਵਾਂ ਚਿੰਤਾ ਤੇ ਚਿੰਤਨ ਕਰਨ ਵਾਲੀਆਂ ਨੇ। ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਵਰਤਾਰਾ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ। ਸੁਪਰੀਮ ਕੋਰਟ ਨੇ ਵੀ ਅੱਜ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵੱਧਦੇ ਮਾਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਤੇ ਕੇਂਦਰ ਨੂੰ 3 ਹਫ਼ਤਿਆਂ ਦੇ ਵਿੱਚ ਰੋਡ ਮੈਪ ਬਣਾਉਣ ਦੇ ਲਈ ਕਿਹਾ ਤੇ ਕਿਹਾ ਕਿ ਮੁਆਵਜ਼ਾ ਦੇਣਾ ਹੀ ਮਸਲੇ ਦਾ ਹੱਲ ਨਹੀਂ। ਤਾਂ ਸਵਾਲ ਉੱਠਦਾ ਹੈ ਕਿ ਕਦੋਂ ਤੱਕ ਮੁਆਵਜ਼ਾ ਦੇ ਕੇ ਸਰਕਾਰਾਂ ਦਿਲਾਸਾ ਦਿੰਦੀਆਂ ਰਹਿਣਗੀਆਂ, ਕਦੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਪੂਰਾ ਹੱਲ ਨਿਕਲ ਪਾਏਗਾ, ਕੀ ਕਿਸਾਨਾਂ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਦੇ ਲਈ ਸਰਕਾਰਾਂ ਕੰਮ ਕਰਨਗੀਆਂ। ਤੁਹਾਨੂੰ ਦੱਸ ਦਈਏ ਕਿ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਵੀ ਕਿਸਾਨਾਂ ਦੇ ਨਾਲ ਜੁੜੇ ਹਰ ਮਸਲੇ ਨੂੰ ਬੜੀ ਸੰਜੀਦਗੀ ਦੇ ਨਾਲ ਚੁੱਕਿਆ। ਕਿਸਾਨਾਂ ਦੀਆਂ ਨਿੱਤ ਦਿਨ ਹੁੰਦੀਆਂ ਖੁਦਕੁਸ਼ੀਆਂ ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ। ਨਿੱਤ ਦਿਨ ਆਉਂਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਸਰਕਾਰ ਸਾਹਮਣੇ ਵੀ ਗੰਭੀਰ ਸਵਾਲ ਹੈ, ਜਿਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਕਿਸਾਨ ਹਿਤੈਸ਼ੀ ਹੋਣ ਦਾ, ਪਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਕਿਸਾਨਾਂ ਨਾਲ ਜੁੜੀ ਹਰ ਖ਼ਬਰ ਨੂੰ ਤੁਹਾਡੇ ਤੱਕ ਪਹੁੰਚਾਇਆ, ਚਾਹੇ ਉਹ ਕਿਸਾਨਾਂ ਦੀ ਖੁਦਕੁਸ਼ੀ ਦਾ ਮਸਲਾ ਹੋਵੇ ਜਾਂ ਫਿਰ ਸਰਹੱਦੀ ਕਿਸਾਨਾਂ ਦੀ ਮੁਸ਼ਕਲ ਦਾ। ਹਰ ਮੁੱਦੇ ਤੇ ਅਸੀਂ ਚਰਚਾ ਕੀਤੀ, ਲੋਕਾਂ ਦੀ ਰਾਏ ਲਈ ਤੇ ਜਨਤਾ ਦੇ ਨੁਮਾਇੰਦਿਆਂ ਤੋਂ ਵੀ ਸਵਾਲ ਪੁੱਛੇ, ਇੱਥੋਂ ਤੱਕ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਮੁਹਿੰਮ ਵੀ ਚਲਾਈ ਤੇ ਸਰਕਾਰ ਨੂੰ ਨੀਂਦ ਤੋਂ ਵੀ ਜਗਾਇਆ ਤੇ ਗਰਾਊਂਡ ਜ਼ੀਰੋ ਤੋਂ ਕਿਸਾਨਾਂ ਦੀ ਹਾਲਤ ਤੁਹਾਡੇ ਤੱਕ ਅਤੇ ਹਾਕਮਾਂ ਦੇ ਕੰਨਾਂ ਤੱਕ ਪਹੁੰਚਾਈ। ਉਧਰ ਅੱਜ ਕਿਸਾਨਾਂ ਤੇ ਸੁਪਰੀਮ ਕੋਰਟ ਦੀ ਫਿਕਰ ਦੇ ਬਾਅਦ ਹੁਣ ਸਿਆਸੀ ਗਲਿਆਰਾਂ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਗੁੰਝਣ ਲੱਗਿਆ। ਸੁਪਰੀਮ ਕੋਰਟ ਨੇ ਕਿਸਾਨਾਂ ਦੀਆਂ ਵੱਧਦੀਆਂ ਖੁਦਕੁਸ਼ੀਆਂ ਦੇ ਮਾਮਲੇ ਤੇ ਫਿਕਰ ਜ਼ਾਹਰ ਕੀਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਸਿੱਧੇ ਸ਼ਬਦਾਂ 'ਚ ਕਿਹਾ ਕਿ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ, ਇਹਨਾਂ ਖੁਦਕੁਸ਼ੀਆਂ ਦੀਆਂ ਵਜ੍ਹਾ ਦਾ ਹੱਲ ਕਰਨਾ ਚਾਹੀਦਾ ਹੈ। ਕਿਸਾਨਾਂ ਤੇ ਸੁਪਰੀਮ ਕੋਰਟ ਦੀ ਫਿਕਰ ਤੋਂ ਬਾਅਦ ਹੁਣ ਸਿਆਸੀ ਗਲਿਆਰਿਆਂ ਵਿੱਚ ਵੀ ਕਿਸਾਨਾਂ ਦਾ ਮੁੱਦਾ ਗੂੰਜਣ ਲੱਗਿਆ ਹੈ। ਸਾਰੀਆਂ ਪਾਰਟੀਆਂ ਖੁਦ ਨੂੰ ਕਿਸਾਨਾਂ ਦਾ ਹਮਦਰਦ ਦੱਸ ਰਹੀਆਂ ਨੇ ਅਤੇ ਵਿਰੋਧੀਆਂ ਤੇ ਨਿਸ਼ਾਨਾ ਸਾਧ ਰਹੀਆਂ ਨੇ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਭਾਈ ਇਹ ਗੱਲ ਕਹਿਣੀ ਕਿ ਕਿਸਾਨ ਮਰੇਗਾ ਉਹਨੂੰ 2 ਲੱਖ ਰੁਪਏ ਦਿੱਤਾ ਜਾਏਗਾ, ਇਹ ਮੁਆਵਜ਼ੇ ਦੇ ਉੱਪਰ ਜਿਹੜੀ ਚਿੰਤਾ ਪ੍ਰਗਟ ਕੀਤੀ ਹੈ ਸੁਪਰੀਮ ਕੋਰਟ ਨੇ, ਉਹਨਾਂ ਨੇ ਕਿਹਾ ਮੁਆਵਜ਼ਾ ਕੋਈ ਹੱਲ ਨਹੀਂ ਹੈ। ਉਹਨਾਂ ਨੇ ਕਿਹਾ ਇਹਦਾ ਹੱਲ ਪਰਮਾਨੈਂਟ ਸੋਲੂਸ਼ਨ ਹੋਣਾ ਚਾਹੀਦਾ ਕਿ ਆਤਮ ਹੱਤਿਆ ਨਾ ਹੋਣ। ਸੋ ਜਿੰਨੀ ਦੇਰ ਤੱਕ ਸੈਂਟਰਲ ਗਵਰਨਮੈਂਟ ਇਹ ਮੈਚਿੰਗ ਨਹੀਂ ਕਰੇਗੀ ਕਿ ਉਹਨੂੰ ਸਹੀ ਕਿਸਾਨ ਨੂੰ ਕੀਮਤ ਮਿਲੇ, ਸਿਰਫ ਮੁਆਵਜ਼ਾ ਦੇਣ ਦਾ ਕੋਈ ਹੱਲ ਇਹ ਸੁਇਸਾਈਡ ਨਹੀਂ ਹੱਕ ਹੋਏਗਾ। ਜਦ ਤੱਕ ਅਸੀਂ ਹਰ ਕ੍ਰੋਪ ਜਿਹੜੀ ਦੇਖਣੀ ਹੈ ਕਿ ਉਹਨੂੰ ਕਿੰਨਾ ਪੈਸਾ ਕਿੰਨਾ ਮੁਨਾਫਾ ਹੈ, ਇਕਨੋਮਿਕਲੀ ਦੇਖਣਾ ਪਏਗਾ, ਵਾਇਬਲ ਕਰਨਾ ਪਏਗਾ। ਸਾਡੀ ਜਦੋਂ ਦੀ ਸਰਕਾਰ ਆਈ ਸਾਡੀ ਚਿੰਤਾ ਕਿ ਕਿਸਾਨ ਸਿਰਫ ਮੁਆਵਜ਼ੇ ਦੇ ਨਾਲ ਨਹੀਂ, ਉਸਦਾ ਸਮਾਧਾਨ ਉਹਨੂੰ ਇੱਕ ਖੇਤੀਬਾੜੀ ਜਿਹੜੀ ਲਾਹੇਵੰਦ ਜਿਹੜਾ ਕਿੱਤਾ ਬਣੇ। ਔਰ ਇਹਦੇ ਲਈ ਪ੍ਰਧਾਨ ਮੰਤਰੀ ਜੀ ਨੇ ਤੁਸੀਂ ਦੇਖਿਆ ਕਿ ਬਜਟ 'ਚ ਵੀ ਕਿਹਾ ਕਿ ਇਹ ਕਿਸਾਨ ਦੀ ਫਸਲ ਦੀ ਆਮਦਨ ਉਹਦੇ ਖਰਚੇ ਨਾਲੋਂ ਦੁੱਗਣੀ ਹੋਵੇ ਤਾਂ ਜਾ ਕੇ ਠੀਕ ਹੋ। ਸਿਆਸੀ ਸਫ਼ਾ ਵਿੱਚ ਕਿਸਾਨਾਂ ਦੇ ਮੁੱਦੇ ਤੇ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਉਧਰ ਕਿਸਾਨਾਂ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਉਮੀਦ ਜਾਗੀ ਹੈ ਕਿ ਸਰਕਾਰ ਹੁਣ ਉਹਨਾਂ ਦੇ ਬਾਰੇ ਵਿੱਚ ਜ਼ਮੀਨੀ ਪੱਧਰ ਤੇ ਸੋਚੇਗੀ। ਚਿੰਤਾ ਜ਼ਾਹਰ ਕੀਤੀ ਹੈ ਹੀ ਚਿੰਤਾ ਦਾ ਵਿਸ਼ਾ ਜੀ ਹੈ। ਕਿਸਾਨਾਂ ਨੂੰ ਜਿਸ ਤਰ੍ਹਾਂ ਸਰਕਾਰ ਆਉਣ ਵਾਲੀਆਂ ਸਰਕਾਰਾਂ ਜਾਂ ਕੋਈ ਵੀ ਸਰਕਾਰ ਨੇ ਕਿਸਾਨਾਂ ਨੂੰ ਚੁੱਕਣ ਦੀ ਤਾਂ ਕੋਸ਼ਿਸ਼ ਨਹੀਂ ਕੀਤੀ, ਕਿਸਾਨ ਦਿਨੋ ਦਿਨ ਥੱਲੇ ਗਿਆ। ਵਜ੍ਹਾ ਸਰਕਾਰਾਂ ਕੋਈ ਵੀ ਹੈ ਜਿਹੜੀਆਂ ਉਹ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਨਹੀਂ ਚੁੱਕ ਰਹੀਆਂ। ਸ਼ਲਾਘਾਯੋਗ ਫੈਸਲਾ ਕਿ ਉਹ ਆਤਮ ਹੱਤਿਆ ਬਹੁਤ ਹੋ ਰਹੀਆਂ ਹੈ, ਜੋ 2015 'ਚ ਆਪਣਾ ਬੀਮਾ ਯੋਜਨਾ ਪਾਸ ਕੀਤੀ ਆ ਉਹ ਬਿਲਕੁਲ ਸਹੀ ਸੀ, ਇਸੇ ਤਰ੍ਹਾਂ ਹੋਰ ਬੀਮਾ ਯੋਜਨਾ ਪਾਸ ਕੀਤੀ ਹੈ ਤੇ ਉਹਦੇ ਨਾਲ ਕਿਸਾਨਾਂ ਦੀ ਆਤਮ ਹੱਤਿਆ ਦਾ ਜਿਹੜਾ ਉਹ ਘੱਟ ਸਕਦਾ। ਉਹਨਾਂ ਬਾਰੇ ਕੋਈ ਵੀ ਸਰਕਾਰ ਆ ਉਹ ਗੰਭੀਰਤਾ ਨਾਲ ਸੋਚੇ ਤੇ ਫੇਰ ਹੀ ਜਾ ਕੇ ਕਿਸਾਨ ਜਿਹੜਾ ਕਰਜ਼ੇ ਥੱਲੇ ਨੱਪੀਦਾ ਜਾਂਦਾ, ਇਹ ਤਾਂ ਹੀ ਉੱਠੂਗਾ ਜੇ ਸਰਕਾਰਾਂ ਸੋਚਣਗੀਆਂ। ਤੇ ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨਾਂ ਤੇ ਸਿਰਫ ਸਿਆਸਤ ਹੀ ਹੁੰਦੀ ਹੈ। ਜਦੋਂ ਵੀ ਜਿੱਥੇ ਕਿਤੇ ਵੀ ਚੋਣਾਂ ਹੁੰਦੀਆਂ ਨੇ ਕਿਸਾਨਾਂ ਨੂੰ ਵੋਟ ਦੀ ਫਸਲ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਅਤੇ ਚੋਣਾਂ ਜਾਂਦਿਆਂ ਹੀ ਕਿਸਾਨਾਂ ਨੂੰ ਭੁਲਾ ਦਿੱਤਾ ਜਾਂਦਾ। ਪਰ ਹੁਣ ਸੁਪਰੀਮ ਕੋਰਟ ਨੇ ਕਿਸਾਨਾਂ ਦੀਆਂ ਵੱਧ ਰਹੀਆਂ ਖੁਦਕੁਸ਼ੀਆਂ ਨੂੰ ਲੈ ਕੇ ਸਖਤ ਰਵੱਈਆ ਅਪਣਾਇਆ। ਸ਼ਾਇਦ ਸਿਆਸੀ ਨੇਤਾ ਹੁਣ ਜਾਗਣ, ਸਰਕਾਰਾਂ ਕਿਸਾਨਾਂ ਦੇ ਲਈ ਕੁਝ ਕਰਨ। ਅੰਮ੍ਰਿਤਸਰ ਤੋਂ ਰਾਜਨ ਗੋਸਾਈ ਦੇ ਨਾਲ ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ।
ਤਾਂ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਤਾਂ ਸਵਾਲ ਜ਼ਰੂਰ ਉੱਠਦਾ ਹੈ ਕਿ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਦਾ ਆਖਿਰ ਰੋਡ ਮੈਪ ਕੀ ਹੈ। ਮੁੱਦੇ ਕੀ ਬਾਤ ਦੇ ਵਿੱਚ ਵੀ ਇਹੀ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਕੁਝ ਹੋਰ ਸਵਾਲ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤਾਂ ਪਹਿਲਾ ਸਵਾਲ ਜੋ ਹੈ ਅੱਜ ਮੁੱਦੇ ਕੀ ਬਾਤ ਦੇ ਵਿੱਚ ਕਿ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਦਾ ਆਖਿਰ ਰੋਡ ਮੈਪ ਕੀ ਹੈ, ਸਰਕਾਰਾਂ ਦੇ ਕੋਲ ਹਰ ਪਾਰਟੀ ਦੇ ਕੋਲ ਕੀ ਰੋਡ ਮੈਪ ਹੈ, ਤੇ ਦੂਜਾ ਸਵਾਲ ਕਿ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਦੀ ਵਜ੍ਹਾ ਦਾ ਹੱਲ ਕਦੋਂ ਅਤੇ ਕਿਵੇਂ ਨਿਕਲੇਗਾ। ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ ਪਰ ਖੁਦਕੁਸ਼ੀ ਨੂੰ ਰੋਕਣ ਦੀ ਵਜ੍ਹਾ ਦਾ ਹੱਲ ਵੀ ਕੱਢਣਾ ਬੇਹੱਦ ਜ਼ਰੂਰੀ ਹੈ ਤੇ ਕਿਵੇਂ ਨਿਕਲੇਗਾ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਤੀਜਾ ਸਵਾਲ ਕਿ ਕਦੋਂ ਤੱਕ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਟਾਰਸ ਬਣਾਉਂਦੀਆਂ ਰਹਿਣਗੀਆਂ ਸਰਕਾਰਾਂ। ਤੇ ਚੌਥਾ ਸਵਾਲ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਸੁਪਰੀਮ ਕੋਰਟ ਦੀਆਂ ਫਿਕਰਾਂ ਦੇ ਆਖਰ ਕੀ ਮਾਇਨੇ ਨੇ, ਆਖਰ ਸੁਪਰੀਮ ਕੋਰਟ ਨੇ ਫਿਕਰ ਜ਼ਾਹਰ ਕੀਤੀ ਹੈ, ਕੀ ਵਜ੍ਹਾ ਰਹੀ ਹੈ। ਤੇ ਪੰਜਵਾਂ ਸਵਾਲ ਕਿ ਸਰਕਾਰਾਂ ਦੇ ਕੋਲ ਕਿਸਾਨਾਂ ਦੇ ਆਰਥਿਕ ਹਾਲਾਤ ਮਜ਼ਬੂਤ ਕਰਨ ਦਾ ਕੋਈ ਠੋਸ ਵਿਜ਼ਨ ਹੈ, ਆਖਰ ਉਹਨਾਂ ਦੀ ਵਿੱਤੀ ਹਾਲਤ ਸੁਧਾਰਨ ਦੀ ਗੱਲ ਕਿਉਂ ਨਹੀਂ ਹੁੰਦੀ। ਤੇ ਜਨਾਲ ਇੱਕ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਪੁੱਛ ਰਹੇ ਹਾਂ ਕਿ ਠੋਸ ਰੋਡ ਮੈਪ ਬਣਾ ਕੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਜਾ ਸਕਦਾ ਹੈ, ਤੁਹਾਨੂੰ ਕੀ ਲੱਗਦਾ ਹੈ, ਰਾਏ ਸਾਡੇ ਨਾਲ ਸਾਂਝਾ ਕਰੋ। ਹਾਂ ਦੇ ਲਈ ਜਵਾਬ ਦੇਣ ਲਈ ਟਾਈਪ ਕਰੋ ZPHH ਪੇਜ ਦਿਓ ਵਾਈ, ਨਾ ਦੇ ਲਈ ਟਾਈਪ ਕਰੋ ZPHH ਪੇਜ ਦਿਓ ਐਨ ਤੇ ਆਪਣੇ ਜਵਾਬ 57575 ਤੇ SMS ਕਰ ਦਿਓ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ 1800 1800 3535 ਤੇ। ਤਾਂ ਸਾਡੇ ਨਾਲ ਸਾਡੇ ਖਾਸ ਮਹਿਮਾਨ ਅੱਜ ਵਿਰਸਾ ਸਿੰਘ ਵਲਟੋਹਾ ਜੀ, ਅਕਾਲੀ ਦਲ ਦੇ ਆਗੂ, ਇਸ ਵੇਲੇ ਮੌਜੂਦ ਨੇ ਅੰਮ੍ਰਿਤਸਰ ਤੋਂ। ਵਲਟੋਹਾ ਸਾਹਿਬ, ਮੇਰਾ ਸਵਾਲ ਤੁਹਾਡੇ ਤੋਂ ਹੀ ਹੈ, ਅੱਜ ਸੁਪਰੀਮ ਕੋਰਟ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ, ਕਿਸਾਨ ਖੁਦਕੁਸ਼ੀ ਕਰ ਰਹੇ ਨੇ, ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ ਪਰ ਇਹ ਖੁਦਕੁਸ਼ੀ ਦੀ ਵਜ੍ਹਾ ਦੇ ਨੂੰ ਹੱਲ ਕੱਢਣ ਦੀ ਕਦੇ ਕੋਈ ਕੋਸ਼ਿਸ਼ ਹੋਈ ਹੈ? ਇੰਦਰਜੀਤ, ਜਿੱਥੋਂ ਤੱਕ ਅੱਜ ਸੁਪਰੀਮ ਕੋਰਟ ਨੇ ਜੋ ਅੱਜ ਫੈਸਲਾ, ਇੱਕ ਤਰ੍ਹਾਂ ਦਾ ਕਹਿ ਦਈਏ ਕਿ ਸਰਕਾਰ ਨੂੰ ਉਹਨਾਂ ਨੇ ਜੋ ਹੁਕਮ ਕੀਤਾ ਹੈ ਜੀ ਕਿ ਰੋਡ ਮੈਪ ਤਿਆਰ ਕੀਤਾ ਜਾਵੇ, ਇਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨੀ ਥੋੜ੍ਹੀ। ਔਰ ਪੰਜਾਬ, ਹਿੰਦੁਸਤਾਨ ਦਾ ਬਹੁਤ ਵੱਡਾ ਹਿੱਸਾ ਜਿਹੜਾ, ਉਹਦੀ ਆਬਾਦੀ ਜਿਹੜੀ ਹੈ ਕਿਸਾਨੀ 'ਤੇ ਨਿਰਭਰ ਹੈ, ਔਰ ਪੰਜਾਬ ਤਾਂ ਹੈ ਹੀ ਕਿਸਾਨੀ 'ਤੇ ਨਿਰਭਰ। ਔਰ ਪੰਜਾਬ ਦਾ ਕਿਸਾਨ ਵੀ, ਹਿੰਦੁਸਤਾਨ ਦਾ ਕਿਸਾਨ ਵੀ ਅੱਜ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਨੀਤੀਆਂ ਨੇ ਉਹਨਾਂ ਕਰਕੇ ਬੜੀ ਕਸੂਤੀ ਸਥਿਤੀ 'ਚ ਫਸਿਆ ਹੋਇਆ। ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ, ਪੰਜਾਬ ਸਰਕਾਰ ਨੇ ਵੀ ਸਮੇਂ ਸਮੇਂ 'ਤੇ ਕੇਂਦਰ ਦੀਆਂ ਸਰਕਾਰਾਂ ਨੂੰ ਕਿਹਾ ਕਿ ਕਿਸਾਨੀ ਬਾਰੇ ਸੋਚਣ ਦੀ ਲੋੜ ਹੈ, ਇਹਦੇ ਬਾਰੇ ਚੰਗੀਆਂ ਨੀਤੀਆਂ ਘੜਨ ਦੀ ਲੋੜ ਹੈ। ਆ ਤੁਸੀਂ ਹੁਣ ਹੀ ਦੇਖ ਲਓ, ਆ ਥੋੜ੍ਹਾ ਸਮਾਂ ਪਹਿਲਾਂ ਕਿਸਾਨਾਂ ਨੇ 11-21 ਜਿਹੜੀ ਬਾਸਮਤੀ ਉਹਦੀ ਫਸਲ ਵੇਚੀ ਹੈ, ਉਹ 1600 ਤੋਂ ਲੈ ਕੇ 2300 ਰੁਪਏ ਤੱਕ ਕਿਸਾਨ ਨੇ ਵੇਚੀ ਹੈ, ਅਤੇ ਅੱਜ ਉਹਦਾ ਰੇਟ ਜਿਹੜਾ ਆ ਦੋ ਤਿੰਨਾਂ ਮਹੀਨਿਆਂ ਦੇ ਵਿੱਚ 3100 ਤੋਂ 3200 ਰੁਪਇਆ ਹੋ ਗਿਆ, 21,000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਉਹਦੇ 'ਚ ਘਾਟਾ ਹੈ, ਕਿਉਂਕਿ 11-21 ਜਿਹੜੀ ਬਾਸਮਤੀ ਹੈ ਜਾਂ ਬਾਸਮਤੀ ਦੀ ਫਸਲ ਜਿਹੜੀ ਵੀ ਹੁੰਦੀ ਉਹਦੇ ਉੱਤੇ MSP ਹੈ ਨਹੀਂ। ਔਰ ਦੂਸਰੇ ਬੰਨੇ ਜਿਹਨਾਂ ਦੇ ਉੱਤੇ MSP ਹੈ ਵੀ ਹੈ, ਪਹਿਲੀ ਤਾਂ ਗੱਲ ਉਹ ਹੈ ਥੋੜ੍ਹੀ, ਦੂਜੀ ਗੱਲ ਜਿਹੜੀ ਹੈ ਕਿ ਜਦੋਂ ਮੰਡੀਆਂ 'ਚ ਕਿਸਾਨ ਦੀ ਫਸਲ ਆਉਂਦੀ ਹੈ ਤਾਂ ਮੇਨ ਡਿਊਟੀ ਹੈ FCI ਦੀ, ਅਤੇ FCI ਜਿਹੜੀ ਹੈ ਮੰਡੀਆਂ ਦੇ ਵਿੱਚ ਵੜਨ ਤੋਂ ਐਂ ਝੱਕਦੀ ਰਹਿੰਦੀ ਹੈ ਜਿਵੇਂ ਬਾਰਡਰ 'ਤੇ ਜਾਣਾ ਹੁੰਦਾ, ਉਹਦੀਆਂ ਗਾਈਡਲਾਈਨ ਜੋ ਉਹਦੀਆਂ ਸਪੈਸੀਫਿਕੇਸ਼ਨ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਉਹ ਆਪਦਾ ਕੋਈ ਨਾ ਕੋਈ ਟੈਂਟਾ ਖੜਾ ਕਰਕੇ ਖੜਾ ਕਰ ਲੈਂਦੇ ਨੇ। ਇਹ ਜਿਹੜੀ ਹੈ ਕਿਸਾਨ ਦੇ ਪ੍ਰਤੀ ਨਾ ਤਾਂ ਜਿਹੜੀ ਸੈਂਟਰ ਸਰਕਾਰ ਅਜੇ ਤੱਕ ਕੋਈ ਵੀ ਹੈ, ਚਾਹੇ ਹੁਣ ਮੌਜੂਦਾ ਸਰਕਾਰ ਵੀ ਹੈ, ਮੈਂ ਇਹ ਨਹੀਂ ਕਿ ਚਾਹੇ ਅਸੀਂ ਉਹਦੇ 'ਚ ਭਾਈਵਾਲ ਹੈ, ਗੰਭੀਰਤਾ ਨਜ਼ਰ ਨਹੀਂ ਆਈ। ਪਰ ਜ਼ਿੰਮੇਵਾਰ ਠਹਿਰਾ ਸਕਦੇ ਹਾਂ, ਕੋਈ ਵੀ ਸੂਬਾ ਸਰਕਾਰ ਆਪਣੇ ਸੂਬੇ ਦੇ ਕਿਸਾਨਾਂ ਦੇ ਲਈ ਕੋਈ ਨੀਤੀ ਨਹੀਂ ਬਣਾ ਸਕਦੀ? ਇੰਦਰਜੀਤ, ਜਿੱਥੋਂ ਤੱਕ ਕਿਸਾਨੀ ਦੇ ਨਾਲ ਹਰੇਕ ਤਰ੍ਹਾਂ ਦੀ, ਚਾਹੇ ਉਹਦੀ ਫਸਲ ਦੀ ਹੈ ਅਤੇ ਚਾਹੇ ਫਸਲ ਦੇ ਨਾਲ ਸੰਬੰਧਿਤ ਜਿੰਨੇ ਵੀ ਸੰਦ ਨੇ, ਉਹ ਸੰਦ ਵੀ, ਦਵਾਈਆਂ ਵੀ, ਖਾਦਾਂ ਵੀ, ਫਸਲ ਵੇਚਣ ਦੀ ਵੀ, ਇਹ ਸਾਰਾ ਕੁਛ ਸੈਂਟਰ ਸਰਕਾਰ ਜਿਹੜੇ ਇਹਦੇ ਭਾਅ ਨਿਰਧਾਰਿਤ ਕਰਦੀ ਹੈ। ਅਤੇ ਜਦੋਂ ਸਾਰਾ ਕੁਛ ਸੈਂਟਰ ਕੋਲ ਹੈ ਅਤੇ ਪੰਜਾਬ ਕੋਲ ਵੱਧ ਤੋਂ ਵੱਧ ਇਹੀ ਹੈ ਕਿ ਪੰਜਾਬ ਨੇ ਪੰਜਾਬ ਦੀ ਕਿਸਾਨੀ ਦੀ ਬਾਂਹ ਫੜਨ ਵਾਸਤੇ ਜਿਹੜੇ ਟਿਊਬਵੈੱਲਾਂ ਦੇ ਜਿਹੜੇ ਬਿੱਲ ਨੇ ਜਿਹੜੇ ਕਰੀਬ 5000 ਕਰੋੜ ਰੁਪਈਆ ਸਾਲਾਨਾ ਬਣਦੇ ਨੇ, ਉਹਦੇ ਵਾਸਤੇ ਜਿਹੜੇ ਕਦਮ ਚੁੱਕੇ ਨੇ, ਉਹ ਇੱਕ ਬੜੀ ਵੱਡੀ ਸਬਸਿਡੀ ਜਿਹੜੀ ਹੈ 5000 ਕਰੋੜ ਰੁਪਈਆ ਜਿਹੜਾ ਆ
ਉਹ ਮੌਜੂਦਾ ਸਰਕਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ 1997 ਤੋਂ ਲੈ ਕੇ 2002 ਤੱਕ ਅਤੇ 2007 ਤੋਂ ਲੈ ਕੇ ਸਟਿਲ ਹੁਣ ਤੱਕ ਇਹ ਦਿੱਤੀ ਹੈ। ਚਾਹੇ ਵਿੱਚੋਂ ਕਾਂਗਰਸ ਸਰਕਾਰ ਆਈ ਸੀ ਉਹਨਾਂ ਨੇ 4 ਸਾਲ ਜਿਹੜੇ ਆ ਕਿਸਾਨਾਂ 'ਤੇ ਫਿਰ ਬੋਝ ਪਾਇਆ ਸੀ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੋ ਅਸੀਂ ਕਿਹਾ ਹੈ ਕਿਸਾਨ ਦੀ ਜਿੰਨੀ ਅਸੀਂ ਬਾਂਹ ਫੜ ਸਕਦੇ ਅਸੀਂ ਜ਼ਰੂਰ ਫੜਾਂਗੇ। ਉਹ ਬਹੁਤ ਵੱਡੀ ਰਾਹਤ ਹੈ, ਪਰ ਉਹਦੇ ਨਾਲ ਵੀ ਸਰਦਾ ਨਹੀਂ। ਅਸੀਂ ਤਾਂ ਕਹਿੰਦੇ ਹਾਂ ਕਿ ਕਿਸਾਨੀ ਬਾਰੇ ਜਿੰਨੀਆਂ ਫਸਲਾਂ ਨੇ, ਚਾਹੇ ਉਹ ਦਾਲਾਂ ਬੀਜਦਾ ਹੈ, ਚਾਹੇ ਹੁਣ ਆਲੂ ਹੈ, ਆਲੂ ਦਾ ਕੀ ਬਣ ਰਿਹਾ? ਆਲੂ ਅੱਜ ਸਰਕਾਰ ਨੇ ਕਿਹਾ ਕਿ ਅਸੀਂ ਜਿਹੜਾ ਆ ਉਹ ਕਿਸਾਨ ਨੂੰ ਇਹ ਨਹੀਂ ਕਿ ਉਹਦੇ ਨਾਲ ਉਹਦੀ ਪੂਰੀ ਉਹਨੂੰ ਪੂਰਾ ਭਾਅ ਮਿਲ ਚੱਲਿਆ ਹੈ, ਪਰ ਫਿਰ ਵੀ ਪੰਜਾਬ ਸਰਕਾਰ ਨੇ ਸਭ ਪ੍ਰਕਾਸ਼ ਸਿੰਘ ਬਾਦਲ ਨੇ ਵਿੱਚ ਪਾਇਆ ਕਿ ਜੋ ਕੁਛ ਫੈਸਲਾ ਕਰਵਾਇਆ ਹੈ ਉਹਦੇ ਨਾਲ ਥੋੜ੍ਹੀ ਬਹੁਤੀ ਰਾਹਤ ਮਿਲੇਗੀ, ਪਰ ਆਲੂ ਜਦੋਂ ਚੱਲ ਜਾਂਦਾ ਬਾਜ਼ਾਰ 'ਚ, ਜਦੋਂ ਵਪਾਰੀ ਕੋਲੇ ਚੱਲ ਜਾਂਦਾ ਹੈ, ਉਹੀ ਆਲੂ ਜਿਹੜਾ ਆ ਚਿਪਸ ਵੇਖ ਲਓ ਤੁਸੀਂ ਕੀ ਭਾਅ ਮਿਲਦੀ ਹੈ, ਜਾਂ ਆਲੂ ਉੱਥੇ ਕੀ ਆਪਾਂ ਨੂੰ ਰੇਟ ਮਿਲਦਾ, ਅਤੇ ਅੱਜ ਕਿਸਾਨ ਦਾ ਆਲੂ ਕੋਈ ਖਰੀਦਣ ਲਈ ਤਿਆਰ ਨਹੀਂ। ਅੱਜ ਹਰੇਕ ਜਿਹੜੀ ਚੀਜ਼ ਹੈ 5 ਤੋਂ ਲੈ ਕੇ 10 ਗੁਣਾ ਉਹਦਾ ਰੇਟ ਵੱਧ ਗਿਆ ਹੈ, ਕਿਸਾਨ ਦੀ ਜਿਨਸ ਦਾ ਰੇਟ ਉੱਥੇ ਖੁੜਤਾ ਹੈ। ਇਹ ਕਿਹਨੇ ਸੋਚਣਾ ਹੈ? ਇਹ ਉਹਨਾਂ ਸੋਚਣਾ ਜਿਹੜੇ ਇਹਦੇ ਬਾਰੇ ਨੀਤੀ ਘੜਦੇ ਨੇ, ਜਿਹੜੇ ਇਹਦੇ ਬਾਰੇ ਰੇਟ ਤੈਅ ਕਰਦੇ ਨੇ। ਅਤੇ ਰੇਟ ਤੈਅ ਕਰਨ ਵਾਲੇ ਤਾਂ ਸਭ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਹਿਤਾ, ਮੋਦੀ ਸਾਹਿਬ ਜੈ ਜਵਾਨ ਤਾਂ ਤੁਸੀਂ ਕਹਿ ਦਿੱਤਾ, ਵਨ ਰੈਂਕ ਵਨ ਪੈਨਸ਼ਨ ਤਾਂ ਦੇਤੀ, ਪਰ ਜੈ ਕਿਸਾਨ ਵੀ ਤੁਹਾਨੂੰ ਕਹਿਣਾ ਪਊਗਾ। ਅਤੇ ਜੈ ਕਿਸਾਨ ਵਾਲੀ ਜਿਹੜੀ ਗੱਲ ਹੈ ਉਹ ਅਸੀਂ ਤਾਂ ਬੜੇ ਚਿਰ ਦੇ ਕਹਿੰਦੇ ਹਾਂ ਕਿ ਜੈ ਕਿਸਾਨ ਕਰੋ, ਕਿਸਾਨ ਦੀ ਜਿਹੜੀ ਬਾਂਹ ਫੜੋ। ਸ਼ਾਇਦ ਹੁਣ ਜਿਹੜੀ ਹੈ ਜੇ ਸੁਪਰੀਮ ਕੋਰਟ ਵੀ ਇਹਦੇ ਬਾਰੇ ਗੰਭੀਰ ਹੋਏ ਨੇ, ਤੇ ਸ਼ਾਇਦ ਸੈਂਟਰ ਸਰਕਾਰ ਦੀ ਮਜਬੂਰੀ ਦੇ ਤਹਿਤ ਹੀ ਸਹੀ। ਤੁਸੀਂ ਮੰਨਦੇ ਹੋ ਕਿ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਦੇ ਕਰਕੇ ਜਿਹੜਾ ਕਿਸਾਨ ਹੈ ਅੱਜ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਗਿਆ? ਨਹੀਂ, ਇਹਦੇ ਚ ਕੱਲੀ ਮੈਂ ਨਹੀਂ ਕਹਿੰਦਾ ਕਿ ਸਰਕਾਰ ਦੀਆਂ ਕੱਲੀਆਂ ਨੀਤੀਆਂ ਕਰਕੇ ਹੀ ਹੈ, ਇਹ ਚ ਕੋਈ ਦਰਾਵਾਂ ਨਹੀਂ ਗਿਆ ਕਿ ਜੇ ਸਰਕਾਰ ਗੰਭੀਰ ਹੋਵੇ ਤੇ ਸਰਕਾਰ ਕਿਸਾਨ ਜਿਹੜਾ ਉਹ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਦਾ ਹੈ। ਪਰ ਦੂਜੇ ਬੰਨੇ ਹੈ ਕਿ ਮੈਂ ਵੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੈ, ਮੇਰਾ ਆਲਾ ਦੁਆਲਾ ਵੀ ਕਿਸਾਨੀ ਮੇਰਾ ਸਾਂਝ ਹੈ। ਜਦੋਂ ਕਿਸਾਨ ਆਪਣੀ ਵਿੱਤ ਤੋਂ ਵੱਧ ਕੇ ਖਰਚੇ ਕਰਦਾ ਹੈ, ਉਹ ਖਰਚੇ ਦੇ ਜੰਜਾਲ 'ਚ ਫਸਦਾ ਹੈ, ਜਦੋਂ ਜੰਜਾਲ 'ਚ ਫਸਦਾ ਹੈ ਫਿਰ ਮਜਬੂਰੀ ਬਣਦੀ ਹੈ। ਪਰ ਮੈਂ ਕਹਿੰਦਾ ਕਿ ਉਹਦੇ 'ਚੋਂ ਕੱਢਣ ਵਾਸਤੇ ਜੇ ਉਹਨੂੰ ਸਹੀ ਉਹਦੀਆਂ ਜਿਨਸਾਂ ਦੇ ਭਾਅ ਮਿਲਣ, ਉਹਨੂੰ ਸਹੀ ਰੇਟ ਮਿਲੇ, ਸਹੀ ਮਾਰਕੀਟਿੰਗ ਮਿਲੇ, ਸਹੀ ਮਾਹੌਲ ਮਿਲੇ, ਸਹੀ ਨੀਤੀਆਂ ਮਿਲਣ, ਤੇ ਬੜੀ ਵੱਡੀ ਗੱਲ ਹੈ ਕਿ ਜਿਹੜੀਆਂ ਆ ਜਿਹੜੀਆਂ ਹੈਗੀਆਂ ਨੇ ਖੁਦਕੁਸ਼ੀਆਂ, ਵਾਕਿਆ ਹੀ ਉਹਨਾਂ ਨੂੰ ਰੋਕ ਵੀ ਲੱਗੂਗੀ। ਇਹਦੇ ਨਾਲ ਤਾਂ ਮੈਂ 100% ਸਹਿਮਤ ਹਾਂ, ਇਹਦੇ 'ਚ ਕੋਈ ਦੁਰਾਵਾਂ ਨਹੀਂ ਗਿਆ। ਠੀਕ ਹੈ, ਹੋਰ ਕਿਹੜੇ ਕਾਰਨ ਤੁਹਾਨੂੰ ਲੱਗਦੇ ਕਿ ਜੋ ਕਿਸਾਨ ਜੋ ਹੈ ਖੁਦਕੁਸ਼ੀ ਕਰ ਰਿਹਾ ਹੈ? ਕਿਉਂਕਿ ਕਰਜ਼ ਜੋ ਹੈ ਸਭ ਤੋਂ ਵੱਡਾ ਮੁੱਦਾ ਰਿਹਾ ਹੈ, ਚਾਹੇ ਹੁਣ ਤੱਕ ਦੇ ਸਰਵੇ ਵੀ ਦੇਖੀਏ ਤਾਂ ਉਹਨਾਂ ਦੇ ਮੁਤਾਬਕ ਵੀ ਇਹੀ ਸਾਹਮਣੇ ਹੈ ਕਿ ਕਿਸਾਨਾਂ ਸਿਰ ਜੋ ਹੈ ਕਰਜ਼ ਬਹੁਤ ਚੜ ਜਾਂਦਾ ਹੈ, ਤੇ ਉਸ ਕਰਜ਼ ਨੂੰ ਮਾਫ਼ ਕਰਨ ਦੀ ਗੱਲ ਕੀਤੀ ਜਾਂਦੀ ਹੈ, ਮੁਆਵਜ਼ਾ ਦੇ ਕੇ ਮੱਲਮ ਲਾਇਆ ਜਾਂਦਾ ਹੈ, ਪਰ ਉਸ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਇੰਦਰਜੀਤ, ਇੱਕ ਹੈਗੇ ਬੈਂਕਾਂ ਦੇ ਕਰਜ਼ੇ, ਬੈਂਕਾਂ ਦੇ ਕਰਜ਼ਿਆਂ ਦੀ ਵਿਆਜ ਦਰ ਹੋਰ ਹੈ। ਜਿਹੜੇ ਅਸੀਂ ਆੜ੍ਹਤੀਆਂ ਤੋਂ ਸ਼ਾਹੂਕਾਰੇ ਕਰਜ਼ੇ ਲੈਂਦੇ ਹਾਂ, ਉਹ ਸ਼ਾਹੂਕਾਰੇ ਕਰਜ਼ੇ ਜਿਹੜੇ ਕਿਸਾਨ ਨੂੰ ਇਹੋ ਜਿਹਾ ਫਸਾਉਂਦੇ ਨੇ, ਜਾਂ ਕਿਸਾਨ ਇਹੋ ਜਿਹਾ ਫਸਦਾ ਹੈ, ਜਾਂ ਉਹਦੀ ਜਿਹੜੀ ਵਿਆਜ ਦਰ ਏਡੀ ਵੱਡੀ ਹੈ ਕਿ ਉਹ ਕਿਸਾਨ ਦੇ ਝੱਲਣ ਦੀ ਸਮਰੱਥਾ ਹੀ ਹੈ ਨਹੀਂ। ਪਰ ਕਿਸਾਨ ਦੀ ਮਜਬੂਰੀ ਹੁੰਦੀ ਹੈ ਕਿ ਉਹਦਾ, ਕਿਉਂਕਿ ਲੈਣ ਦੇਣ ਕਿਸਾਨ ਦਾ ਆੜ੍ਹਤੀ ਨਾਲ ਚੱਲਦਾ ਹੈ, ਅਤੇ ਕਿਸਾਨ ਦੀ ਮਜਬੂਰੀ ਦਾ ਆੜ੍ਹਤੀ ਫਾਇਦਾ ਵੀ ਉਠਾਉਂਦੇ ਨੇ, ਪਰ ਕਿਉਂਕਿ ਉਹ ਜਿਹੜੀਆਂ ਵਿਆਜ ਦਰਾਂ ਨੇ, ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਹੀ ਪੰਜਾਬ ਸਰਕਾਰ ਨੇ ਵੀ ਪੰਜਾਬ ਦੀ ਵਿਧਾਨ ਸਭਾ 'ਚ ਚਾਹੇ ਸ਼ਾਹੂਕਾਰੀ ਕਰਜ਼ੇ ਨੇ ਉਹਨਾਂ ਬਾਰੇ ਵੀ ਤੈਅ ਕਰ ਦਿੱਤਾ ਕਿ ਜੇ ਕਿਸਾਨ ਕਿਸੇ ਸ਼ਾਹੂਕਾਰ ਤੋਂ ਆੜ੍ਹਤੀ ਤੋਂ ਕਰਜ਼ਾ ਲੈਂਦਾ ਹੈ ਉਹਦੀ ਵੱਧ ਤੋਂ ਵੱਧ ਵਿਆਜ ਕਿੰਨਾ ਲਾ ਸਕਦਾ, ਜਾਂ ਜੇ ਉਹਨੇ ਜਿੰਨਿਆਂ ਕਰਜ਼ਾ ਲਿਆ ਤਾਂ ਉਹ ਵੱਧ ਤੋਂ ਵੱਧ ਕਿੰਨਾ ਬਣ ਸਕਦਾ। ਹੁਣ ਕਿਸੇ ਕਿਸਾਨ ਨੇ 50,000 ਕਰਜ਼ਾ ਲਿਆ ਹੈ, ਉਹਨੇ 5 ਲੱਖ ਮੋੜ ਦਿੱਤਾ ਤਾਂ ਫਿਰ ਕਹਿੰਦੇ ਤੇਰੇ 'ਤੇ ਇੰਨਾ ਖੜੋਤਾ? ਇਹ ਸ਼ਾਹੂਕਾਰਾਂ ਦਾ ਇੱਕ ਸਿਸਟਮ ਬਣਿਆ ਹੋਇਆ। ਉਹ ਕਹਿ ਦਿੱਤਾ ਹੈ ਕਿ ਜੇ ਕੋਈ ਕਿਸਾਨ ਕਰਜ਼ਾ ਲੈਂਦਾ ਹੈ ਉਹ ਚਾਹੇ ਕਿੰਨਾ ਵੀ ਪੁਰਾਣਾ ਹੋਵੇ, ਜੇ ਉਸ ਤੋਂ 2 ਗੁਣਾ ਜੇ 50,000 ਲਿਆ ਤਾਂ 1 ਲੱਖ ਰੁਪਏ ਨੇ ਮੋੜਤਾ ਤਾਂ ਫਿਰ ਉਹਨੂੰ ਚਵਾਲੀ ਦੇਣ ਦੀ ਲੋੜ ਨਹੀਂ। ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਉਹਦੇ ਵਿੱਚ ਕਾਫੀ ਮੱਦਾਂ ਸ਼ਾਮਿਲ ਕੀਤੀਆਂ ਨੇ ਜਿਹਦੇ ਨੇ ਕਿਸਾਨ ਨੂੰ ਜਾਂ ਜਿਹੜੀ ਸਾਡਾ ਕਿਸਾਨੀ ਸਿਸਟਮ ਹੈ ਉਹਨੂੰ ਰਾਹਤ ਮਿਲੇਗੀ, ਪਰ ਉਹ ਅਜੇ ਲਾਗੂ ਹੋਣ 'ਚ, ਜਦੋਂ ਸਾਰਾ ਲਾਗੂ ਹੋਏਗਾ ਫਿਰ ਹੀ ਹੈ। ਇਹ ਕਿਸਾਨੀ ਨੂੰ ਕਰਜ਼ੇ 'ਚੋਂ ਕੱਢਣ ਲਈ, ਕਰਜ਼ੇ ਦੀਆਂ ਵਿਆਜ ਦਰਾਂ 'ਚੋਂ ਬਚਣ ਲਈ ਇੱਕ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਜਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨੂੰ ਗੰਭੀਰ ਹੋਣਾ ਪਊਗਾ ਤਾਂ ਹੀ। ਯਾਨੀ ਤਾਂ ਕਿਸਾਨ ਦਾ ਤਾਂ ਬਾਜ਼ਾਰੀਕਰਨ ਵੀ ਜਿਹੜਾ ਆ, ਮੰਡੀਕਰਨ ਵੀ ਆ, ਉੱਥੇ ਵੀ ਲੁੱਟ ਹੋ ਰਹੀ ਹੈ। ਸਰਕਾਰੀ ਨੀਤੀਆਂ ਕੋਈ ਖਾਸ ਹੈ ਨਹੀਂ ਗੀਆਂ, ਤੇ ਉਹਦਾ ਜਿਹੜਾ ਹਰ ਕੋਈ ਫਾਇਦਾ ਉਠਾਉਂਦਾ ਹੈ, ਤੇ ਜਦੋਂ ਫਾਇਦਾ ਉਠਾਈ ਜਾਂਦਾ ਹੈ ਤੁਸੀਂ ਮੁਸ਼ਕਲਾਂ ਆਪ ਹੀ ਦੱਸ ਦਿੱਤੀਆਂ ਨੇ ਕਿਸਾਨਾਂ ਦੀਆਂ, ਹੱਲ ਵੀ ਨਿਕਲਣਾ ਚਾਹੀਦਾ ਹੈ।
ਇਸੇ ਕਰਕੇ ਹੁਣ ਜੋ ਹੈ ਸੁਪਰੀਮ ਕੋਰਟ ਨੂੰ ਸ਼ਾਇਦ ਜੋ ਹੈ ਕਿਸਾਨਾਂ ਦੀ ਆਵਾਜ਼ ਉਠਾਉਣੀ ਪੈ ਰਹੀ ਹੈ ਤੇ ਇੱਕ ਨਿਰਦੇਸ਼ ਵੀ ਦਿੱਤਾ ਹੈ ਕੇਂਦਰ ਨੂੰ। ਇਸ ਵਿਚਾਲੇ ਦੱਸਦੀ ਹਾਂ ਆਪਣੇ ਦਰਸ਼ਕਾਂ ਨੂੰ ਕਿ ਸਾਡੇ ਨਾਲ ਸਾਡੇ ਹੋਰ ਖਾਸ ਮਹਿਮਾਨ ਜੁੜ ਚੁੱਕੇ ਨੇ। ਮਨਜੀਤ ਸਿੰਘ ਰਾਏ ਜੀ ਬੀਜੇਪੀ ਦੇ ਆਗੂ ਵੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਤੇ ਤਰਲੋਚਨ ਸਿੰਘ ਲਾਲੀ ਜੀ ਆਪਣਾ ਪੰਜਾਬ ਪਾਰਟੀ ਦੇ ਆਗੂ ਜੁੜ ਚੁੱਕੇ ਨੇ ਤੇ ਸਰਬਜੀਤ ਪੰਧੇਰ ਜੀ ਸੀਨੀਅਰ ਪੱਤਰਕਾਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਮੈਂ ਤੁਹਾਡੇ ਕੋਲ ਆਉਣਾ ਚਾਹੂੰਗੀ ਤਰਲੋਚਨ ਸਾਹਿਬ, ਕਿਉਂਕਿ ਹੁਣ ਤੱਕ ਇਹ ਸਾਹਮਣੇ ਆਇਆ ਕਿ ਕਿਸਾਨਾਂ ਨੇ ਖੁਦਕੁਸ਼ੀਆਂ ਬਹੁਤ ਕੀਤੀਆਂ। ਜੋ ਵੀ ਸਰਕਾਰ ਆਈ ਉਸਨੇ ਵਾਅਦਾ ਕੀਤਾ ਕਿ ਜੋ ਕਰਜ਼ ਹੈ ਉਹ ਮਾਫ਼ ਕਰ ਦਿੱਤਾ ਜਾਏਗਾ ਜਾਂ ਮੁਆਵਜ਼ਾ ਦੇ ਦਿੱਤਾ ਜਾਂਦਾ ਹੈ, ਪਰ ਇਸ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਕੋਈ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਸ ਖੁਦਕੁਸ਼ੀ ਦੇ ਪਿੱਛੇ ਜੋ ਵਜ੍ਹਾ ਹੈ, ਜੋ ਜੜ੍ਹ ਹੈ, ਉਸਨੂੰ ਖਤਮ ਕੀਤਾ ਜਾਏ। ਇੰਦਰਜੀਤ ਜੀ, ਜਿਹੜਾ ਕਿਸਾਨ ਖੁਦਕੁਸ਼ੀ ਦਾ ਮਾਮਲਾ ਖਾਸ ਕਰਕੇ ਪੰਜਾਬ ਵਰਗਾ ਖਿੱਤਾ ਜਿਹਦੇ ਬਾਰੇ ਮਸ਼ਹੂਰ ਆ ਵੀ ਇੱਥੋਂ ਦੇ ਲੋਕ ਬਹਾਦਰ ਬਹੁਤ ਨੇ, ਲੜਕੇ ਜਾਨ ਤਾਂ ਦੇ ਸਕਦੇ ਨੇ ਪਰ ਆਤਮਘਾਤ ਵਾਲੀ ਜਿਹੜੀ ਗੱਲ ਹੈਗੀ ਆ ਇਹ ਬੜੀ ਮੰਦਭਾਗੀ, ਖਾਸ ਕਰਕੇ ਪੰਜ ਦਰਿਆਵਾਂ ਦੀ ਧਰਤੀ ਦੇ ਉੱਤੇ ਵਾਪਰ ਰਹੀ ਆ। ਦੂਜੀ ਗੱਲ, ਕਿਤੇ ਨਾ ਕਿਤੇ ਪੋਲੀਟੀਕਲ ਸਿਸਟਮ ਦੇ ਵਿੱਚ ਅਸੀਂ ਵੀ ਵਿਚਰਦੇ ਹਾਂ। ਸਾਰੀਆਂ ਪਾਰਟੀਆਂ ਦੇ ਜਿੰਨੇ ਲੀਡਰ ਨੇ ਉਹ ਜਿਹੜੇ ਹਮਦਰਦ ਤਾਂ ਬਣਦੇ ਨੇ ਪਰ ਮੈਨੂੰ ਲੱਗਦਾ ਕੋਈ ਜਿਹੜੀ ਪੋਲਸੀ ਜਾਂ ਪਲਾਨਿੰਗ ਸੀ ਉਹ ਦੇਣ ਤੋਂ ਨਾਕਾਮ ਹੋ ਗਏ ਅਤੇ ਇਸੇ ਕਰਕੇ ਜਿਹੜਾ ਸੁਪਰੀਮ ਕੋਰਟ ਨੂੰ ਅੱਜ ਦਖਲ ਦੇਣਾ ਪਿਆ। ਕਿਸੇ ਦੇ ਮਰੇ ਤੋਂ ਬਾਅਦ 2 ਲੱਖ ਰੁਪਇਆ ਦੇ ਦੇਣਾ, 5 ਲੱਖ ਰੁਪਇਆ ਦੇ ਦੇਣਾ, ਇਹ ਹੱਲ ਨਹੀਂ। ਹੱਲ ਤਾਂ ਇਹ ਆ ਵੀ ਕਾਰਨ ਕੀ ਨੇ। 33,000 ਬੰਦਾ ਮਰਿਆ ਪਿਛਲੇ 4 ਜਾਂ 5 ਸਾਲਾਂ ਦੇ ਵਿੱਚ, ਅਤੇ ਤੁਸੀਂ ਵੇਖੋ ਪਹਿਲਾਂ ਇਹ ਮਾਲਵੇ ਦੇ ਵਿੱਚ ਜ਼ੋਰ ਸੀ, ਪਰਸੋਂ ਦੀ ਇੱਕ ਖਬਰ ਆ ਪੰਜਾਬੀ ਟ੍ਰਿਬਿਊਨ ਦੀ, ਜਲੰਧਰ ਜ਼ਿਲ੍ਹੇ ਦੇ ਮੂਸਾਪੁਰ ਪਿੰਡ ਦੇ ਵਿੱਚ ਵੀ ਇੱਕ ਆਲੂ ਉਤਪਾਦਕ ਨੇ ਜਾਨ ਦੇ ਦਿੱਤੀ ਆਪਣੀ। ਇਹ ਜਿਹੜਾ ਫਲਾਹ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ, ਹੁਣ ਪੰਜਾਬ ਦਾ ਮੈਨੂੰ ਲੱਗਦਾ ਕੋਈ ਜ਼ਿਲ੍ਹਾ ਇਸ ਤੋਂ ਬਚਿਆ ਨਹੀਂ, ਅਤੇ ਮਾਝੇ ਤੱਕ ਵੀ ਇਹਦੀਆਂ ਜੜ੍ਹਾਂ ਪਸਰ ਚੁੱਕੀਆਂ ਨੇ। ਹੁਣ ਇਹਦਾ ਹੱਲ ਕੱਢਣ ਦੇ ਲਈ ਖਾਸ ਕਰਕੇ ਇੱਕ ਮੈਨੂੰ ਇਹ ਲੱਗਦਾ ਪਿਛਲੇ ਸਮੇਂ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਕਿਸਾਨਾਂ ਨੂੰ ਸੁਸਾਇਟੀਆਂ ਨੇ, ਕੋਆਪਰੇਟਿਵ ਬੈਂਕਾਂ ਨੇ, ਪ੍ਰਾਈਵੇਟ ਬੈਂਕਾਂ ਨੇ ਜਾਂ ਸਰਕਾਰ ਦੇ ਬੈਂਕਾਂ ਨੇ ਕਰਜ਼ੇ ਦਿੱਤੇ ਨੇ। ਕਿਸਾਨ ਨੂੰ ਕਰਜ਼ਾ ਲੈਣ ਵਾਲੇ ਕਹਿ ਦਿੰਦੇ ਨੇ ਵੀ 4% ਵਿਆਜ ਆ, ਉਹਨੂੰ ਵਿਚਾਰੇ ਨੂੰ ਬਾਹਲਿਆਂ ਨੂੰ ਤਾਂ ਹਿਸਾਬ ਕਿਤਾਬ ਦਾ ਨਹੀਂ ਪਤਾ ਹੁੰਦਾ ਵੀ 4% ਦਾ 3 ਸਾਲ ਦਾ ਵਿਆਜ ਕਿੰਨਾ ਬਣੂਗਾ। ਪਹਿਲੀ ਗੱਲ ਤਾਂ ਡਾਇਰੈਕਟ ਇੰਸਟਰਕਸ਼ਨ ਕਰਨੀ ਚਾਹੀਦੀ ਆ, ਲਿਖਤੀ ਰੂਪ ਦੇ ਵਿੱਚ ਬੈਂਕ ਦੇਵੇ ਵੀ ਜੇ ਭਾਈ ਤਾਂ 1 ਲੱਖ ਰੁਪਇਆ ਲੈਣਾ ਤਾਂ 3 ਸਾਲ ਦੇ ਵਿੱਚ ਤੈਨੂੰ 20,000 ਵਿਆਜ ਭਰਨਾ ਪਊ ਜਾਂ 25,000 ਭਰਨਾ ਇਹਦੇ ਨਾਲ ਭਰਨਾ ਪਏਗਾ। ਉਹਨਾਂ ਨੂੰ ਸਮਝ ਨਹੀਂ ਆਉਂਦੀ ਅਤੇ ਉਲਝ ਕੇ ਰਹਿ ਜਾਂਦੇ ਨੇ ਅਤੇ ਬਾਕੀ ਆੜ੍ਹਤੀ ਤੋਂ ਲਿਆ ਹੁੰਦਾ। ਦੂਜੀ ਗੱਲ, ਪੰਜਾਬ ਦੇ ਵਿੱਚ ਸਮੱਸਿਆ ਆ ਜਿਹੜਾ 3 ਜਾਂ 4 ਏਕੜ ਵਾਲਾ ਕਿਸਾਨ ਆ ਉਹਦੇ ਕੋਲ ਵੀ 60 ਹਾਰਸ ਪਾਵਰ ਦਾ ਟਰੈਕਟਰ ਆ। ਕਿਸਾਨਾਂ ਨੇ ਆਪਣੀ ਪੈਰੀਂ ਆਪ ਹੀ ਕਹਾੜਾ ਮਾਰਿਆ ਅਤੇ ਕਿਉਂਕਿ ਈਜ਼ੀ ਲੋਨ ਅਵੇਲੇਬਿਲਟੀ ਸੀਗੀ, ਹਰੇਕ ਬੈਂਕ ਦੇ ਦਿੰਦਾ ਸੀ ਵੀ ਲੈ ਲਓ 2 ਕਿੱਲਿਆਂ 'ਤੇ ਲੋਨ, ਅਤੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ 60 ਹਾਰਸ ਪਾਵਰ ਦਾ ਟਰੈਕਟਰ ਜਿਹੜਾ ਉਹਦਾ ਖਰਚਾ ਕਿੰਨਾ, ਉਹਦੀ ਕੋਸਟ ਕਿੰਨੀ ਪਏਗੀ, ਉਹਦੇ ਪਰ ਉਹ ਜਿਹੜਾ ਲੋਨ ਕਰਾਇਆ ਉਹਦਾ ਵਿਆਜ ਕਿੰਨਾ ਪਏਗਾ। ਇਹ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਦੂਜਾ ਸਰਕਾਰਾਂ ਦਾ ਜਿਹੜਾ ਮੈਂ ਸਮਝਦਾ ਵੀ ਨਾ ਸ਼ੁਕਰਾ ਰਵੱਈਆ ਸੀ ਕਿਸਾਨਾਂ ਪ੍ਰਤੀ। ਕਿਸਾਨੀ ਨੂੰ ਇਹ ਤਾਂ ਗਿਣਦੇ ਹੀ ਨਹੀਂ ਕਿਉਂਕਿ ਕਿਸਾਨਾਂ ਬਾਰੇ ਖਾਸ ਕਰਕੇ ਜਿਹੜਾ ਇਹ ਵਰਗ ਆ ਸਾਡਾ ਜਾਂ ਜਿਹੜਾ ਬੜਾ ਕਲੀਨ ਵਰਗ ਆ ਹਿੰਦੁਸਤਾਨ ਦਾ, ਉਹ ਇਹ ਸੋਚਦਾ ਵੀ ਇਹ ਤਾਂ ਯਾਰ ਕਮਲੇ ਜਿਹੇ ਬੰਦੇ ਨੇ, ਇਹਨਾਂ ਨੂੰ ਲੁੱਟੀ ਜਾਓ। ਅਤੇ ਜਦੋਂ ਮਾੜਾ ਮੋਟਾ ਰੌਲਾ ਪੈਂਦਾ ਅਤੇ ਹੁਣ ਆਲੂਆਂ ਦਾ ਭਾਅ ਜਦੋਂ ਇੱਕ ਬੰਦਾ ਮਰ ਗਿਆ ਜਲੰਧਰ 'ਚ, ਉਹਨਾਂ ਨੇ ਕਿਹਾ ਵੀ ਗਾਹਾਂ ਨਾ ਵੱਧ ਜਾਵੇ ਤਾਂ ਭਾਅ ਦੇ ਦਿੱਤਾ ਸਰਕਾਰ ਨੇ ਵੀ। ਹੁਣ ਇਹ ਪਹਿਲਾਂ ਸੋਚਣੀਆਂ ਚਾਹੀਦੀਆਂ। ਇਸ ਕਰਕੇ ਕਿਸਾਨ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਆ, ਔਰ ਸੁਪਰੀਮ ਕੋਰਟ ਨੇ ਜਿਹੜੀ ਚਿੰਤਾ ਕੀਤੀ ਆ, ਔਰ ਇਸ ਗੱਲ ਦੇ ਉੱਤੇ ਅਸੀਂ ਆਪਣੀ ਪਾਰਟੀ ਵੱਲੋਂ ਵੀ ਵਧਾਈ ਦਿੰਦੇ ਹਾਂ ਵੀ ਘੱਟੋ ਘੱਟ ਸੁਪਰੀਮ ਕੋਰਟ ਨੇ ਸੋਚਿਆ। ਹੁਣ ਵਕਤ ਇਹ ਆ ਗਿਆ ਵੀ ਰਾਜਨੀਤਿਕ ਗੱਲਾਂ ਕਿਸਾਨ ਦੇ ਲਈ ਕੋਈ ਜਿਹੜਾ ਵਧੀਆ ਰੋਡ ਮੈਪ। ਜਾਨਣਾ ਚਾਹੂੰਗੀ ਮਨਜੀਤ ਸਿੰਘ ਜੀ, ਸੁਪਰੀਮ ਕੋਰਟ ਨੇ ਅੱਜ ਜ਼ਰੂਰ ਟਿੱਪਣੀ ਕੀਤੀ, ਨਿਰਦੇਸ਼ ਵੀ ਦੇ ਦਿੱਤੇ ਕਿ 3 ਹਫ਼ਤਿਆਂ ਦੇ ਵਿੱਚ ਰੋਡ ਮੈਪ ਦੱਸਿਆ ਜਾਵੇ, ਪਰ ਰੋਡ ਮੈਪ ਕੀ ਹੋਣਾ ਚਾਹੀਦਾ? ਇੰਦਰਜੀਤ ਜੀ, ਕਿਸਾਨੀ ਮੈਂ ਆਪ ਖੁਦ ਵੀ ਕੀਤੀ ਹੈ, ਹੁਣ ਵੀ ਕਰ ਰਿਹਾ। ਕਿਸਾਨ ਦਾ ਜੇ ਆਪਾਂ ਕਹਿ ਲਈਏ ਕਿ ਫਸਲ ਦੇ ਨਾਲ ਸੰਬੰਧਿਤ ਹੈ, ਕੇਵਲ ਫਸਲ ਦਾ ਆਪਾਂ MSP ਫਿਕਸ ਕਰ ਦਈਏ, 2-3 ਗੱਲਾਂ ਵੇਖਣੀਆਂ ਪੈਣਗੀਆਂ। ਨੰਬਰ 1, ਜੇ ਅਸੀਂ ਜਦੋਂ ਬਾਹਰਲੇ ਦੇਸ਼ 'ਚ ਚਲੇ ਜਾਂਦੇ ਹਾਂ ਤਾਂ ਅਸੀਂ ਸਾਰਾ ਪਰਿਵਾਰ ਕੰਮ ਕਰਦੇ ਹਾਂ, ਉੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ ਕੰਮ ਕਰਦਾ, ਸਵੇਰੇ ਅਖਬਾਰ ਤੋਂ ਵੰਡਣ ਤੱਕ ਹਰੇਕ ਨਿੱਕਾ ਛੋਟਾ ਕੰਮ ਕਰਦੇ ਹਾਂ। ਪਰ ਇੱਥੇ ਕੀ ਹੈ, ਇੱਥੇ ਮੈਂ ਵੀ ਕਿਸਾਨ ਹਾਂ, ਅਸੀਂ ਵੀ ਇੱਕ ਪਰਿਵਾਰ ਦਾ ਇੱਕ ਜੀ ਕੰਮ ਕਰਦਾ ਹੁੰਦਾ, ਬਾਕੀ ਸਾਰੇ ਉਹਦੇ ਵੱਲ ਵਿਹਦੇ ਹੁੰਦੇ ਆ। ਫਿਰ ਖਰਚੇ ਦਾ ਸਿਸਟਮ ਸਾਡਾ ਜਿਹੜਾ ਹੈ ਉਹ ਬਹੁਤ ਹੈ। ਘਰ 'ਚ ਅਸੀਂ ਆਪ 3-3, 4-4 ਮੋਟਰਸਾਈਕਲ ਰੱਖੇ ਹੋਏ ਆ, ਜਿਵੇਂ ਲਾਲੀ ਜੀ ਨੇ ਦੱਸਿਆ, 3 ਏਕੜ ਦਾ ਜ਼ਮੀਨ ਆਉਂਦਾ, ਅਸੀਂ ਲੋਨ ਲੈ ਲਿਆ, ਟਰੈਕਟਰ ਫਾਰਮ ਟਰੈਕ ਲੈ ਲਿਆ, ਜਿਹਦੀ ਲੋੜ ਨਹੀਂ। ਸੁਸਾਇਟੀਆਂ ਬਣੀਆਂ ਹੋਈਆਂ, ਕੋਆਪਰੇਟਿਵ ਸੁਸਾਇਟੀਆਂ, ਥੋੜ੍ਹੀ ਜਿਹੀ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ, ਕਿਉਂਕਿ ਕੋਆਪਰੇਟਿਵ ਸੁਸਾਇਟੀਆਂ ਜਿਹੜੀ ਹੈ, ਜਿਹੜਾ ਤਗੜਾ ਵਿਅਕਤੀ ਹੈ ਉਹਨੂੰ ਤਾਂ ਉਹਨਾਂ ਦਾ ਕੰਮ ਜਲਦੀ ਕਰ ਦਿੰਦੇ ਆ, ਜਿਹੜਾ ਮਾੜਾ ਉਹ ਪਿੱਛੇ ਰਹਿ ਜਾਂਦਾ।
मैं ਇਹ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਦੇ ਕਾਰਨ ਹੀ ਜਿਹੜਾ ਆਪਣਾ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਕਿਉਂਕਿ ਇਹਨਾਂ ਦਾ ਬਿਲਕੁਲ ਸੋਚਿਆ ਹੀ ਨਹੀਂ। ਪਹਿਲੀ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਫਾਈਨਾਂਸ ਮਿਨਿਸਟਰ ਨੇ ਸਭ ਤੋਂ ਜ਼ਿਆਦਾ ਬਜਟ 35,984 ਕਰੋੜ ਦਾ ਦਿੱਤਾ ਔਰ ਫਸਲ ਬੀਮਾ ਯੋਜਨਾ ਲੈ ਕੇ ਆਂਦੀ ਔਰ ਜਿਹੜਾ ਨਾਲ ਦੀ ਨਾਲ ਹਰ 6 ਮਹੀਨੇ ਬਾਅਦ DAP ਯੂਰੀਆ ਦਾ ਰੌਲਾ ਪੈਂਦਾ ਸੀ। ਕਿਸਾਨ ਨੂੰ ਤਾਂ ਜਿਹੜੀ ਉਹਦੀ ਮੇਨ ਚੀਜ਼ ਚਾਹੀਦੀ ਸੀ, ਖਾਦ ਉਹ ਨਹੀਂ ਸੀ ਮਿਲਦੀ ਹੁੰਦੀ, ਲਾਈਨਾਂ ਲੱਗਦੀਆਂ ਸੀ ਔਰ ਬਲੈਕ ਮਿਲਦੀ ਸੀਗੀ, ਉਹ ਉਪਲਬਧ ਕਰਵਾਈ ਔਰ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਪ੍ਰਾਇਮਰੀ ਚੀਜ਼ਾਂ ਕਿਸਾਨ ਵਾਸਤੇ ਚਾਹੀਦੀਆਂ ਨੇ ਉਹ ਹੀ ਅਵੇਲੇਬਲ ਨਹੀਂ ਸੀ। 60-65 ਸਾਲ ਹੋਈਆਂ ਔਰ ਇਰੀਗੇਸ਼ਨ ਸਿਸਟਮ ਹੈ, ਇਰੀਗੇਸ਼ਨ ਸਿਸਟਮ ਦੇ ਵਾਸਤੇ 50,000 ਕਰੋੜ ਰੁਪਇਆ ਰੱਖਿਆ ਔਰ ਅਜੇ ਤੱਕ ਸਾਡਾ ਇਰੀਗੇਸ਼ਨ ਸਿਸਟਮ ਪੂਰਾ 642 ਜ਼ਿਲ੍ਹਿਆਂ ਦਾ ਪੂਰਾ ਬਣ ਹੀ ਨਹੀਂ ਸਕਿਆ ਪੂਰਾ, ਨਾ ਹੀ ਉਹਦੇ ਬਾਰੇ ਚਿੰਤਾ ਕਿਸੇ ਨੇ ਕੀਤੀ ਹੈ ਕਿਉਂਕਿ ਪਹਿਲਾਂ ਪਾਣੀ ਚਾਹੀਦਾ ਕਿਸਾਨ ਨੂੰ, ਪਾਣੀ ਹੋਏਗਾ, ਪਾਣੀ ਦੀ ਚਿੰਤਾ ਹੋਏਗੀ ਤਾਂ ਹੀ ਕਿਸਾਨ ਆਪਣੀ ਕਿਸਾਨੀ ਕੋਈ ਨਾ ਕੋਈ ਫਸਲ ਪਾ ਸਕਦਾ ਹੈ। ਠੀਕ ਹੈ, ਔਰ ਜੇ ਜਿਵੇਂ ਲਾਲੀ ਜੀ ਦੱਸਿਆ 3 ਏਕੜ ਵਾਲਾ ਵਿਚਾਰਾ ਜੇ ਬੋਰ ਕਰਾ ਲੈਂਦਾ ਤੇ ਉਹਦੇ ਕੋਲ ਮੋਟਰ ਨਹੀਂ ਹੁੰਦੀ, ਜੇ ਮੋਟਰ ਲੈਣ ਦੀ ਤੇ ਉਹਦਾ ਆਪਣਾ ਟਿਊਬਵੈਲ ਨਹੀਂ ਚੱਲਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਕੁਛ ਕੀਤਾ ਹੈ, ਇਹ ਨਹੀਂ ਕਹਿੰਦਾ ਸਰਕਾਰਾਂ ਨੇ ਕੰਮ ਨਹੀਂ ਕੀਤੇ, ਬਹੁਤ ਕੁਛ ਕੀਤਾ ਹੈ, ਲੇਕਿਨ ਕਿਸਾਨ ਔਰ ਸਰਕਾਰਾਂ ਨੂੰ ਦੋਨਾਂ ਨੂੰ ਸਾਰਿਆਂ ਨੂੰ ਇਹ ਜਿਹੜਾ ਰਲ ਮਿਲ ਕੇ ਜਿਹੜਾ ਕਿਸਾਨ ਮਿਨੀਮਮ ਘੱਟ ਤੋਂ ਘੱਟ, ਮੈਂ ਆਪਣੀ ਨੈਸ਼ਨਲ ਕੌਂਸਲ ਦੇ ਵਿੱਚ ਵੀ ਗੱਲ ਉਠਾਈ ਸੀ ਕਿ 3 ਏਕੜ ਤੱਕ ਕਿਸਾਨ ਦੇ ਵਾਸਤੇ ਸਾਨੂੰ ਜ਼ਰੂਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਠੋਸ ਚੀਜ਼ ਦੇਣੀ ਚਾਹੀਦੀ ਹੈ ਕਿ ਉਹਦੀ ਇਨਕਮ ਸਾਈਡ ਬਿਜ਼ਨਸ ਵਿੱਚ ਜ਼ਰੂਰ ਕਰੀਏ। ਵਿੱਤੀ ਤੌਰ ਤੇ ਮੈਂ ਇਸੇ ਤੇ ਸਰਬਜੀਤ ਪੰਦੇਰ ਜੀ, ਮੈਂ ਕਿਉਂਕਿ ਬ੍ਰੇਕ ਤੇ ਜਾਣਾ, ਮੈਂ ਇੱਕ ਵਾਰੀ ਸਰਬਜੀਤ ਪੰਦੇਰ ਜੀ ਦੀ ਫਟਾਫਟ ਨਾਲ ਰਾਏ ਲੈ ਲਾਂ। ਸਰਬਜੀਤ ਪੰਦੇਰ ਜੀ, ਇੱਕ ਪੂਰਾ ਅਸੀਂ ਜੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲਈਏ ਕਿਉਂਕਿ ਅੱਜ ਸੁਪਰੀਮ ਕੋਰਟ ਨੇ ਜੋ ਟਿੱਪਣੀ ਕੀਤੀ ਹੈ ਵਾਕਈ ਚਿੰਤਾ ਕਰਨ ਵਾਲੀ ਗੱਲ ਹੈ। ਖੁਦਕੁਸ਼ੀ ਦੀ ਵਜ੍ਹਾ ਦਾ ਹੱਲ ਕਦੋਂ ਨਿਕਲੇਗਾ, ਕੀ ਰੋਡ ਮੈਪ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਇੰਦਰਜੀਤ ਜੀ, ਜਿਹੜੇ ਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਇਹਦੇ ਇਹ ਇੱਕ ਬਹੁਤ ਵੱਡੀ ਸਾਜਿਸ਼ ਆ। ਇਹ ਇਕੱਲੀ ਇੱਥੇ ਲੋਕਲ ਲੈਵਲ 'ਤੇ ਨਹੀਂ ਹੈ, ਇੰਟਰਨੈਸ਼ਨਲ ਲੈਵਲ 'ਤੇ ਸਾਜਿਸ਼ ਹੈ। ਉਹ ਇੰਡੀਆ ਦੀ ਸੋਵਰੈਨਿਟੀ ਦੇ ਉੱਤੇ ਹਮਲਾ ਵਾ ਔਰ ਜਿਸ ਨੂੰ ਸਾਡੀਆਂ ਪੋਲੀਟੀਕਲ ਪਾਰਟੀਆਂ, ਸਾਡੇ ਜਿਹੜੀ ਬਿਊਰੋਕਰੇਸੀ ਔਰ ਜਿਹੜੇ ਸਾਡੇ ਖੇਤੀ ਦੇ ਮਾਹਰ ਆ, ਉਹ ਜਾਣ ਬੁੱਝ ਕੇ ਇਹਨੂੰ ਨਜ਼ਰਅੰਦਾਜ਼ ਕਰਦੇ ਨੇ, ਇਹਦੇ ਵੱਲ ਝਾਕਦੇ ਨਹੀਂ। ਇਹ 1975 ਦੇ ਵਿੱਚ USA ਦੇ ਸੈਕਰਟਰੀ ਆਫ ਸਟੇਟ ਨੇ ਇਹ ਕਿਹਾ ਸੀ ਕਿ ਜਿਹੜਾ ਥਰਡ ਵਰਲਡ ਕੰਟਰੀਜ਼ ਨੇ ਉਹਨਾਂ ਨੂੰ ਆਪਣਾ ਜਿਹੜੀ એનર્ਜੀ ਆ ਉਹ ਫੂਡ ਪੈਦਾਵਾਰ ਕਰਨ ਦੇ ਵਿੱਚ ਵੇਸਟ ਨਹੀਂ ਕਰਨੀ ਚਾਹੀਦੀ, ਉਹ ਦੇ ਸ਼ੁੱਡ ਬਾਏ ਫੂਡ ਫਰੋਮ ਅਸ ਐਂਡ ਯੂਜ਼ ਦੇਅਰ એનર્ਜੀਜ਼ ਐਲਸਵੇਅਰ। ਪੰਜਾਬ ਦੇ ਔਰ ਬਾਕੀ ਦੇ ਸਾਰੇ ਦੇਸ਼ ਦੇ ਸਾਡੇ ਜਿਹੜਾ ਕਿਸਾਨ ਆ, ਜਿਹੜਾ ਸਾਡੀ ਫੂਡ ਸੋਵਰੈਨਿਟੀ ਨੂੰ ਇਨਸ਼ੋਰ ਕਰਦਾ, ਜਿਹਦੇ ਕਰਕੇ ਅਸੀਂ ਇੱਕ ਸੋਵਰਨ ਦੇਸ਼ ਹਾਂ ਜਿਹਦੇ 'ਤੇ ਸਾਡੀ ਸੋਵਰਨਿਟੀ ਦੁਨੀਆ 'ਤੇ ਐਸਟੈਬਲਿਸ਼ ਹੋਈ ਹੋਈ ਹੈ। ਜੇ ਸਾਡਾ ਕਿਸਾਨ ਅਨਾਜ ਪੈਦਾ ਕਰਨਾ ਬੰਦ ਕਰ ਦੇਵੇ, ਅਸੀਂ ਲੋਕਾਂ ਦੇ ਸਾਹਮਣੇ ਠੂਠਾ ਲੈ ਕੇ ਖੜ੍ਹੇ ਹੋ ਜਾਵਾਂਗੇ ਔਰ ਸਾਡੀ ਜਿਹੜੀ ਹੈਗੀ ਆ ਪ੍ਰਭੂ ਸੱਤਾ ਕੰਪਰੋਮਾਈਜ਼ ਹੋ ਜੂਗੀ। ਇਹ ਸਾਡੀਆਂ ਜਿਹੜੀਆਂ ਲੀਡਰ ਇਹ ਮੰਨਦੇ ਨਹੀਂ ਹੈਗੇ ਔਰ ਇਸ ਦੇ ਵਿੱਚ ਆ ਜਿਹੜੀਆਂ ਗੱਲਾਂ ਆਉਂਦੀਆਂ ਨੇ ਆ ਕੇ ਸਿਰਫ ਕਰੋਪਿੰਗ ਪੈਟਰਨ ਦੇ ਉੱਤੇ ਗੱਲ ਕਰਦੇ ਆ, ਟੋਟਲ ਐਗਰੀਕਲਚਰ ਇਕੋਨਮੀ ਦੇ ਉੱਤੇ ਗੱਲ ਹੀ ਨਹੀਂ ਕਰਦੇ ਕਿ ਇੱਕ ਐਗਰੀਕਲਚਰ ਜਿਹਨੂੰ ਕਹਿੰਦੇ ਹੁੰਦੇ ਖੇਤੀ ਜਿਹੜੀ ਹੈਗੀ ਆ ਉਹਦੀ ਜਿਹੜੀ ਟੋਟਲ ਆਰਥਿਕਤਾ ਦੇ ਉੱਤੇ ਪੋਲਿਸੀ ਚਾਹੀਦੀ ਆ, ਜਿਹੜੀ ਖੇਤੀ ਇੰਡਸਟਰੀ ਆ ਉਹਨੂੰ ਇੰਟੈਗਰੇਟ ਕਿਵੇਂ ਕਰਨਾ, ਖੇਤੀ ਦੀ ਫਾਰਵਰਡ ਲਿੰਕੇਜਿੰਗ ਕਿਵੇਂ ਕਰਨੀ ਆ। ਵਲਟੋਆ ਸਾਹਿਬ ਮੈਨੂੰ ਮਾਫ਼ ਕਰਨ, ਮੈਂ ਪਹਿਲਾਂ ਜਿਹੜੇ ਸੀਗੇ ਇਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜੀਆਂ ਹੈਗੀਆਂ ਇਹ 1995 ਦੇ ਆਸ ਪਾਸ ਰਿਪੋਰਟ ਕਰਨੀਆਂ ਸ਼ੁਰੂ ਕੀਤੀਆਂ ਸੀ ਔਰ ਖੁਦ ਬਾਦਲ ਸਾਹਿਬ ਦੀ ਸਰਕਾਰ ਸੀ 1997 'ਚ ਆਈ, ਅਕਾਲੀ ਸਰਕਾਰ ਨੇ 2 ਸਾਲ ਲਗਾਏ ਉਦੋਂ ਇਹ ਮੰਨਣ ਨੂੰ ਕਿ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਔਰ ਉਸ ਤੋਂ ਬਾਅਦ ਜਿਹੜੀਆਂ ਮੁਆਵਜ਼ੇ ਦੀਆਂ ਵੀ ਗੱਲਾਂ ਹੋਈਆਂ ਨੇ, ਕੈਪਟਨ ਕਮਲਜੀਤ ਦੇ ਜਿਹੜਾ ਸੀਗਾ ਫਾਈਨਾਂਸ ਮਿਨਿਸਟਰ ਸਨ, ਉਹਨਾਂ ਨੇ ਇਹਦੇ ਵਿੱਚ ਅਨਾਊਂਸ ਵੀ ਕੀਤਾ ਸੀ, ਉਹ ਮੁਆਵਜ਼ੇ ਇੰਪਲੀਮੈਂਟ ਨਹੀਂ ਹੋਏ। ਮੁਆਵਜ਼ਾ ਦੇਣਾ ਕੋਈ ਗੱਲ ਨਹੀਂ ਹੈ, ਮੁਆਵਜ਼ੇ ਦੇ ਕੇ ਤਾਂ ਤੁਸੀਂ ਕਿਸਾਨ ਨੂੰ ਕੱਢ ਦਿੰਦੇ ਹੋ, ਜਿਹੜੇ ਸਾਡੇ ਸਟੈਟਿਸਟੀਕਲ ਐਬਸਟ੍ਰੈਕਟਸ ਦੇਖ ਲਓ, ਕੋਈ ਲੱਖਾਂ ਦੀਆਂ ਤਾਦਾਦ ਦੇ ਵਿੱਚ ਕਿਸਾਨ ਜਿਹੜਾ ਹੈਗਾ ਜੀ ਉਹ ਖੇਤੀ 'ਚੋਂ ਬਾਹਰ ਧੱਕਿਆ ਜਾ ਰਿਹਾ
ਔਰ ਉਹ ਕਿੱਥੇ ਜਾ ਰਿਹਾ ਹੈ। ਹਾਂ ਬਿਲਕੁਲ, ਮੁਆਵਜ਼ਾ ਜ਼ਰੂਰ ਦਿੱਤਾ ਗਿਆ, ਮੁਆਵਜ਼ਾ ਦੇ ਕੇ ਹੰਝੂ ਜ਼ਰੂਰ ਉਹਨਾਂ ਦੇ ਪੂੰਜੇ ਗਏ ਨੇ, ਪਰ ਇਸ ਤੋਂ ਇਲਾਵਾ ਜੋ ਹੈ ਉਹਨਾਂ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਦੀ ਕੋਸ਼ਿਸ਼ ਸ਼ਾਇਦ ਕਿਸੇ ਸਰਕਾਰ ਨੇ ਨਹੀਂ ਕੀਤੀ। ਸਵਾਲ ਜੋ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ, ਉਹ ਸਵਾਲ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਠੋਸ ਰੋਡ ਮੈਪ ਬਣਾ ਕੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਜਾ ਸਕਦਾ ਹੈ। ਹਾਂ ਲਈ ਟਾਈਪ ਕਰੋ ZPHS ਭੇਜ ਦਿਓ, Y ਨਾਂ ਦੇ ਲਈ ਟਾਈਪ ਕਰੋ ZPHS ਭੇਜ ਦਿਓ ਤੇ ਆਪਣੇ ਜਵਾਬ 5757575 ਤੇ SMS ਕਰ ਦਿਓ। ਕਾਲ ਵੀ ਕਰ ਸਕਦੇ ਹੋ 8001803535।